ਉਸ ਦਿਨ ਤੁਹਾਨੂੰ ਆਹ ਚੀਜ਼ਾਂ ਮਿਲਣੀਆਂ, ਜੇ ਹੁਣ ਤੂੰ ਕੱਲ ਦਾ ਦਿਨ ਰਿਹਾ ਫਿਰ ਤੈਨੂੰ ਕੱਲੀ ਚਾਹ ਆ ਜਾਣੀ ਆ। ਪਰੌਂਠੇ ਚੱਲਣਗੇ ਅੱਜ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ। ਸੋ ਗਾਇਸ, ਜਿੱਦਾਂ ਕਿ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਸ, ਜਿੱਦਾਂ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਬਾਕੀ ਗਾਇਸ, ਇਹਨਾਂ ਨੇ ਕੁਛ ਸਨੈਪਚੈਟ 'ਤੇ ਸਟੋਰੀ ਸ਼ੇਅਰ ਕੀਤੀਆਂ। ਸੋ ਗਾਇਸ, ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਸ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਉੱਠੋ ਜੀ ਮੇਰੀ ਜਾਨ, ਗੁੱਡ ਮਾਰਨਿੰਗ ਕਹਿੰਦੇ ਆ। ਗੁੱਡ ਮਾਰਨਿੰਗ, ਇੱਧਰ ਵੇਲਾ ਉਹ ਗੁਲਾਬ ਜਾਮਣ ਡੀਕਣ ਦੀਆਂ ਪਲੇਟ 'ਚ ਤੈਨੂੰ, ਨਾਲ ਬਰਫੀ ਝਾਤੀ ਮਾਰ ਕੇ ਵੇਲ ਆਂਚਾ ਗੁਲਾਬ ਜਾਮਣ ਚਾ। ਜਦੋਂ ਪਹਿਲੇ ਤੇ ਰਿਸ਼ਤੇਦਾਰ ਚੀਮਿਆਂ ਘਰੇ ਆਉਂਦੇ ਆ, ਉਸ ਦਿਨ ਤੁਹਾਨੂੰ ਆਹ ਚੀਜ਼ਾਂ ਮਿਲਣੀਆਂ, ਜੇ ਹੁਣ ਤੂੰ ਕੱਲ੍ਹ ਦਾ ਦਿਨ ਰਿਹਾ ਫਿਰ ਤੈਨੂੰ ਕੱਲੀ ਚਾਹ ਆ ਜਾਣੀ ਆ, ਅਤੇ ਪਰਸੋਂ ਤੈਨੂੰ ਚੱਕ ਕੇ ਆਪ ਪੀਣੀ ਪੈਣੀ ਆ, ਅਤੇ ਚੌਥ ਤੈਨੂੰ ਪਾਣੀ ਦਾ ਗਲਾਸ ਹੋ ਜਾਣਾ ਕਿ ਤੈਨੂੰ ਮੁੜ ਕੇ ਕਹਿਣਗੇ ਤੇਜ਼ਾਬ ਬਣਦਾ ਚਾਹ ਨਾਲ। ਇਹ ਜਿਹੜੀਆਂ ਫੈਸਿਲਿਟੀਆਂ ਨਾ ਵੇਖੋ, ਲੋ ਵੀ ਨੌਜਵਾਨ ਸ਼ੇਰੋ, ਪਰੌਂਠੇ ਚੱਲਣਗੇ ਅੱਜ। ਪਰੌਂਠੇ ਨਾਲ ਦਹੀਂ ਨਾਲ ਲੱਸੀ, ਲੱਸੀ ਕਰਦੇ ਕੀ ਉਹਨੇ ਆਪੇ ਹੀ ਖੋਲ ਕੇ ਵੇਖੀ ਬਈ। ਉਹ ਭਰਾਵਾ, ਇਹ ਤੁਹਾਡੀ ਖੂਬਸੂਰਤੀ ਦਾ ਰਾਜ ਆ। ਬਾਹਰ ਆ ਕੇ ਬਾਹਰ ਬੜਾ ਕੈਨੇਡਾ ਕਿਆ ਕੈਲੀਫੋਰਨੀਆ ਸਾਰਿਆਂ ਨਾਲੋਂ ਵਧੀਆ, ਇਹਨੂੰ ਭੈਣ ਇਹਦੇ ਥੱਲੇ ਲੁਕੋ ਕੇ ਪਤਾ ਨਾ ਲੱਗੇ ਵੀ ਥੱਲੇ ਕਿੱਥੇ ਟੱਕਰ ਜਾਂਦੇ ਆ। ਔਖਾ ਗੱਗੋ ਤੁਹਾਡਾ ਬਾਲਾ ਬਾਈ, ਮੁੰਡਿਆਂ ਨੇ ਘਰ ਭਰਤੇ ਜਿਹੜੇ ਖਾਲੀ ਹੱਥ ਪਿੰਡੋਂ ਸੀ ਤੁਰੇ। ਨਹੀਂ ਯਾਰ, ਮੁਬਾਰਕਾਂ, ਚੜ੍ਹਦੀ ਕਲਾ ਚ ਰਹੋ, ਖੂਬ ਖੂਬ ਤਰੱਕੀਆਂ। ਇਹਨੂੰ ਪਤਾ ਨੀ ਲੱਗਦਾ ਐਡੀ ਟਾਵਰ ਗੱਡੀ ਪਾਉਣਾ ਟਰੈਕਟਰ ਦਾ ਹੀ ਆ। ਮੈਂ ਪਲਾਂਟਰ ਪਲੂੰਟਰ ਲਵਾ ਲਈਏ। ਹਰਮਨ ਤੇ ਗੱਗੂ ਨੇ ਵਿਆਹ ਦੇ ਰਾਹ ਦੇ ਵਿੱਚ ਨਜਾਇਜ਼ ਚੱਕਿਆ ਫਾਇਦਾ, ਵੀਰ ਨੇ ਸੇਵਾ ਕੀਤੀ ਫਿਰ ਕੌਫੀ ਦੀ। ਵੀਰ ਕਹਿੰਦਾ ਮੁੰਡੇ ਠੰਡੇ ਠਰ ਕੇ ਕੌਫੀ ਤੇ ਨਾਲ ਬਰਫੀ ਖਵਾਈ, ਅਸੀਂ ਤਾਂ ਗਜਰੇਲਾ ਖਾ ਕੇ ਆਏ ਆ ਵੀਰੇ, ਅਸੀਂ ਤਾਂ ਨਾਲ ਚਾਹ ਪੀਤੀ ਗੁੜ ਵਾਲੀ ਨਾਲ ਸੇਵਾ ਫੁੱਲ। ਅਸੀਂ ਟਰੈਕਟਰ ਦੇ ਵਿਆਹ ਦੇ ਆ ਗਏ।
ਉਹਨੂੰ ਠੰਡ ਲੱਗਣ ਦੀ ਤੇ ਲੜਨ ਦਿਆ ਦੋਵੇਂ ਜਾਣੇ ਹੁਣ ਮੂੰਗਫਲੀ ਭਾਲਦੇ ਵੀ ਮੂੰਗਫਲੀ ਖਾਂਦੇ ਜਾਂਦੇ ਵੀ ਚੱਲ ਠੀਕ ਵਾਵਾ ਗਰਮ ਜਿਹੇ ਹੋ ਕੇ ਤਰੇ ਜਾਵਾਂਗੇ ਮਗਰ ਵੇਖੇ ਸ਼ਰਮ ਲਾਈ ਇਹਨਾਂ ਦੀ ਜਗ੍ਹਾ ਤੁਸੀਂ ਦੇਖ ਹੀ ਲੈਣੀ ਸਟੋਰੀ ਗਾਇਸ ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਅਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਕੀ ਗਾਇਸ ਇੱਦਾਂ ਦੀ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।